ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੰਯੁਕਤ ਮੋਰਚੇ ਦੀ ਪੂਰੀ ਟੀਮ ਦਾ ਜਿੰਨੇ ਵੀ ਕਿਸਾਨ ਵੀਰ ਪੰਡਾਲ 'ਚ ਬੈਠੇ ਨੇ ਤੇ ਸਾਡੀਆਂ ਮਾਵਾ ਪੈਣਾ ਬੈਠੀਆਂ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਕਿਸਾਨ ਵੀਰੋ ਮੈਂ ਬੇਨਤੀ ਕਰਨੀ ਚਾਹਣਾ ਸਭ ਤੋਂ ਪਹਿਲਾਂ ਗੱਲ ਕਿ ਇਹ ਆ ਕਿ ਸ਼ਹੀਦ ਸਾਰਿਆਂ ਦੇ ਸਾਂਝੇ ਹੁੰਦੇ ਨੇ ਕਦੇ ਵੀ ਇਹ ਮਨ 'ਚ ਗੱਲ ਨਾ ਰਿਆ ਕਰੋ ਕਿ ਫਲਾਣਾ ਸ਼ੀਤ ਫਲਾਣੀ ਕੌਮ ਦਾ ਹੈ ਫਲਾਣਾ ਸ਼ੀਤ ਫਲਾਣੀ ਕੌਮ ਦਾ ਹੈ ਕਿਉਂਕਿ ਸ਼ਹੀਦਾਂ ਨੇ ਜਦੋਂ ਛੀਦੀਆਂ ਦਿੱਤੀਆਂ ਨੇ ਨਾ ਉਹਨੇ ਕਿਸੇ ਕੌਮ ਨੂੰ ਵੇਖ ਕੇ ਨਹੀਂ ਦਿੱਤੀਆਂ ਜਾਂ ਕਿਸੇ ਧਰਮ ਨੂੰ ਵੇਖ ਕੇ ਨਹੀਂ ਦਿੱਤੀਆਂ ਉਹਨਾਂ ਨੇ ਆਪਦੇ ਦੇਸ਼ ਲਈ ਦਿੱਤੀਆਂ ਨੇ ਤੇ ਦੇਸ਼ ਦੇ ਵਿੱਚ ਸਾਰੇ ਧਰਮ ਆਉਂਦੇ ਨੇ ਇੱਕ ਮੈਂ ਗੱਲ ਕਹਿ ਨਹੀਂ ਚਾਹਨਾ ਇਸ ਸਯੁਕਤ ਮੋਰਚੇ ਦੀ ਜੋ ਅੰਦੋਲਨ ਚੱਲ ਰਿਹਾ ਹੈ ਇਥੋਂ ਇੱਕ ਗੱਲ ਸਿੱਖੋਂ ਨੂੰ ਮਿਲੀ ਹੈ ਬਹੁਤ ਵਧੀਆ ਜਿਹੜੀ ਆਉਣ ਵਾਲੇ ਸਮੇਂ 'ਚ ਖਾਸ ਕਰਕੇ ਨੌਜਵਾਨ ਵੀਰਾਂ ਲਈ ਕੰਮ ਆਊਗੀ ਕਿ ਅਸੀਂ ਇੱਥੇ ਸਭ ਜਾਤ-ਪਾਤ ਭੁੱਲ ਕੇ ਸਾਰੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਇੱਕੋ ਪੰਡਾਲ 'ਚ ਬੈਠ ਕੇ ਆਪਾਂ ਕੀਰਤਨ ਸੁਣਦੇ ਆਂ, ਸਪੀਚ ਸੁਣਦੇ ਆਂ, ਲੰਗਰ ਵੀ ਇਕੱਠੇ ਪਿਆ ਕੇ ਛਕਦੇ ਆਂ। ਇਹ ਬਹੁਤ ਵਧੀਆ ਗੱਲ ਏ ਜਿਹੜੀ ਕਿ ਭਾਜਪਾ ਸਰਕਾਰ ਨੇ ਸਾਨੂੰ ਜਾਤ-ਪਾਤਾਂ 'ਚ ਵੰਡਿਆ ਸੀ। ਹੁਣ ਆਪਾਂ ਗੱਲ ਕਰਦੇ ਆਂ ਸ਼ੀਤੂ ਦਮ ਸਿੰਘ ਜੀ ਦੀ। ਕਈ ਵੀਰ ਕਹਿ ਦਿੰਦੇ ਨੇ 8 ਮਹੀਨੇ ਹੋ ਗਏ ਆ ਜਿੱਦੈ ਸਾਡੇ ਪ੍ਰਧਾਨ ਸਾਹਿਬ ਮਨਜੀਤ ਰਾਏ ਜੀ ਬੋਲੇ ਆ ਕਿ ਲੋਕ ਕਹਿੰਦੇ 8 ਮਹੀਨਿਆਂ ਚ ਕੀ ਕੀਤਾ ਮੈਂ ਦੱਸਣਾ ਚਾਹਨਾ ਸਾਡੇ ਸ਼ਹੀਦ ਉਦਮ ਸਿੰਘ ਜੀ ਨੇ 21 ਸਾਲਾਂ ਬਾਅਦ ਬਦਲਾ ਲਿਆ ਸੀ 21 ਸਾਲਾਂ ਬਾਅਦ ਤੇਸੀ 21 ਮਹੀਨੇ ਨਹੀਂ ਬੈਠ ਸਕਦੇ 21 ਮਹੀਨੇ ਦਾ ਛੱਡ ਕੇ ਮੈਂ ਬੇਨਤੀ ਕਰਨੀ ਚਾਹਣਾ ਇਤਾਂ ਦੇ ਸਾਡੇ ਜਿਹੜੇ ਸੁਗਰਵੀਰ ਜੋਧੇ ਨੇ ਇਹਨਾਂ ਨੂੰ ਦੇਖ ਕੇ ਆਪਾਂ ਇਹਨਾਂ ਦੀ ਰੀਸ ਤਾਂ ਨਹੀਂ ਕਰ ਸਕਦੇ ਇਹਨਾਂ ਦੇ ਪਾਈ ਪੂਰਨਿਆਂ ਦੇ ਚੱਲ ਸਕਦੇ ਆ ਇਹਨਾਂ ਦੇ ਜਜਪੇ ਨੂੰ ਦੇਖ ਕੇ ਹੌਸਲੇ ਨਾਲ ਪਈਏ ਜੋ ਸ਼ਾਂਤਮਈ ਤਰੀਕੇ ਨਾਲ ਆਪਾਂ ਜੰਗ ਜਿੱਤੀ ਹੈ 93 ਦੇਸ਼ ਤੁਹਾਡੇ ਅੱਖ ਚ ਖੜ ਗਏ ਨੇ ਪੂਰੇ ਵੱਲੋਂ 93 ਦੇਸ਼ ਇਹ ਬਹੁਤ ਵੱਡੀ ਗੱਲ ਹੈ ਏ ਮੋਦੀ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਹਿੰਸਕ ਹੋਣ ਇਹ ਸਾਡੇ ਨਾਲ ਲੜਨ ਕਿਉਂਕਿ ਜੇ ਲੜਾਈ ਹੋਏਗੀ ਇਹਨਾਂ ਨੇ ਪੁਲਿਸ ਨੂੰ ਅੱਗੇ ਕਰਨਾ ਆ ਜਿਵੇਂ ਛੋਟਾ ਸਾਡਾ ਬੱਚਾ ਬੋਲਦਾ ਆ ਕਿ ਪੁੱਲ ਸਕੇ ਕਰਨਗੇ ਇਹ ਆਪ ਅੱਗੇ ਨਹੀਂ ਹੋਣਗੇ ਇਹ ਚਾਹੁੰਦੇ ਨੇ ਲੜਨਾ ਇਹ ਹਿੰਸਕ ਹੋਣ ਅਸੀਂ ਇਹਨਾਂ ਨੂੰ ਗਤੇੜ ਕੇ ਵਾਪਸ ਪੰਜਾਬ ਭੇਜੀਏ ਹਰਿਆਣਾ ਭੇਜੀਏ ਮੈਂ ਬੇਨਤੀ ਕਰਨੀ ਚਾਹਣਾ ਕਿ ਕੋਈ ਵੀ ਫਿਰ ਇਦਾਂ ਦਾ ਕਦਮ ਨਾ ਉਠਾਏ ਮੇਰੇ ਤੋਂ ਸਿਆਣੇ ਬੁਲਾਰੇ ਬੈਠੇ ਨੇ ਮੇਰੇ ਤੋਂ ਵਧੀਆ ਗੱਲਾਂ ਕਰਦੇ ਨੇ ਇਸ ਲਈ ਮੈਂ ਕਹਿਣਾ ਚਾਹਣਾ ਜੋਸ਼ੀਦੂ ਤੁਮਸੇ ਅੰਦਾਜ਼ ਜੀਦੀ ਤੇੜਾ 31 ਦਸੰਬਰ ਨੇ ਜਿਹੜਾ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਸਾਰੇ ਛੀਦਾਂ ਦੇ ਦਿਨ ਇਦਾਂ ਹੀ ਮਨਾਉਣੇ ਚਾਹੀਦੇ ਨੇ ਮੈਂ ਫਿਰ ਤੋਂ ਸਯੁਕਤ ਮੋਰਚੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇਹ ਅੱਜ ਛੀਦ ਉਦਮ ਸਿੰਘ ਦੀ ਛੀਦਾ ਛੀਦੀ ਦਿਹਾੜਾ ਮਨਾਉਣ ਦਾ ਇੰਨੀਆਂ ਕੋਈ ਗੱਲਾਂ ਕਹਿੰਦਾ ਮੈਂ ਅੱਗੇ ਲੈਣੀ ਚਾਹਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਰੀਆ